ਪ੍ਰਗਟ ਸਿੰਘ ਜੀ ਖਿਡਾਰੀ ਵੀ ਰਹਿ ਚੁੱਕੇ ਨੇ, ਕਪਤਾਨ ਵੀ ਰਹਿ ਚੁੱਕੇ ਨੇ, ਲੀਡ ਵੀ ਕਰ ਚੁੱਕੇ ਨੇ ਇੰਡੀਅਨ ਹਾਕੀ ਟੀਮ ਨੂੰ। ਜਦ ਜਦ ਤੁਹਾਡੇ ਬਾਰੇ ਕਹਿ ਰਹੇ ਹਾਂ, ਉਸ ਤੋਂ ਪਹਿਲਾਂ ਹੀ ਜਦ ਤੁਹਾਨੂੰ ਮਿਲਿਆ ਕਿ ਤੁਹਾਡੇ ਚਿਹਰੇ 'ਤੇ ਇੱਕ ਸਮਾਈਲ ਸੀਗੀ, ਕਿਉਂਕਿ ਰਿਜ਼ਲਟ ਸਾਹਮਣੇ ਆ ਗਿਆ। 41 ਆਫਟਰ 41 ਈਅਰਸ ਐਡਾ ਵੱਡਾ ਜਿਹੜਾ ਮੁਕਾਮ ਹਾਸਿਲ ਕਰਨਾ ਜਾਂ ਇਤਿਹਾਸ ਰਚਣਾ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ। ਤੁਸੀਂ ਕਿਸ ਗੱਲ ਦੇਖਦੇ ਹੋ, ਪਹਿਲਾ ਰਿਐਕਸ਼ਨ ਤੁਹਾਡਾ ਕੀ ਹੋਏਗਾ? ਦੇਖੋ, ਇਦੋਂ ਵੱਧ ਖੁਸ਼ੀ ਮੇਰੇ ਲਈ ਸ਼ਾਇਦ ਹੋਰ ਨਹੀਂ ਹੋ ਸਕਦੀ। ਔਰ ਇਹਦੇ ਪਿੱਛੇ ਬਹੁਤ ਵੱਡੀ ਇੱਕ ਸਟਰਗਲ ਵੀ ਆ, ਔਰ ਉਹ ਸਾਰੇ ਕੋਚਿਸ ਦੀ, ਉਹ ਸਾਰੇ ਪਲੇਅਰਸ ਦੀ, ਉਹਨਾਂ ਦੇ ਪੇਰੈਂਟਸ ਦੀ, ਸਿਸਟਮ ਦੀ, ਕਿਉਂਕਿ ਇਹ ਜਿਹੜਾ ਮੈਡਲ ਟੈਲੀ ਤੱਕ ਪਹੁੰਚੇ ਆ, ਜਿੱਥੇ ਬੱਚਿਆਂ ਦਾ ਬਹੁਤ ਵੱਡਾ ਯੋਗਦਾਨ ਆ, ਪਰ ਉਹਦੇ ਵਿੱਚ ਸਾਰੇ ਸਿਸਟਮ ਦਾ ਵੀ ਕਿਤੇ ਨਾ ਕਿਤੇ ਬਹੁਤ ਵੱਡਾ ਰੋਲ ਹੈ। ਕਿਉਂਕਿ ਜਦੋਂ ਅਸੀਂ, ਮੈਂ ਸਿਸਟਮ ਦੀ ਗੱਲ ਕਰਦਾ ਤਾਂ ਉਦੋਂ ਹਮੇਸ਼ਾ ਇੱਕੋ ਗੱਲ ਕਰਦਾ ਕਿ ਜਦੋਂ ਵੀ ਮੈਂ, ਇਨਫੈਕਟ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਕੀਤਾ, ਲੇਕਿਨ ਡਾਇਰੈਕਟਰ ਸਪੋਰਟਸ ਜਦੋਂ ਬਣਿਆ, ਇਹ ਉਹ ਸਾਰਾ ਬੈਚ ਹੈਗਾ ਬੱਚਿਆਂ ਦਾ ਜਿਹੜਾ ਅੱਜ ਸਾਨੂੰ 15-16 ਸਾਲਾਂ ਬਾਅਦ ਇਹ ਰਿਜ਼ਲਟ ਦੇ ਰਿਹਾ ਹੈਗਾ। ਸੋ ਇਹ ਮੈਨੂੰ ਐਂ ਲੱਗਦਾ ਹੈਗਾ ਕਿ ਸਾਨੂੰ ਸਿਸਟਮ ਦੇ ਵਿੱਚ ਕੰਮ ਕਰਨ ਦੀ ਜ਼ਰੂਰਤ ਹੈ, ਸਾਨੂੰ ਇਹਦੇ ਬਜਟਸ ਵਧਾਉਣ ਦੀ ਜ਼ਰੂਰਤ ਹੈ, ਸਪੋਰਟਸ ਦੇ ਬਜਟਸ ਨੂੰ ਵਧਾਉਣ ਦੀ ਜ਼ਰੂਰਤ ਹੈ, ਤਾਂ ਕਿ ਅਸੀਂ ਹਿੰਦੁਸਤਾਨ ਦੀ, ਪੰਜਾਬ ਦੀ ਜਿਹੜੀ ਯੂਥ ਐਨਰਜੀ ਆ ਉਹਨੂੰ ਚੈਨਲਾਈਜ਼ ਕਰਕੇ ਇੱਕ ਪੋਜ਼ਿਟਿਵ ਪਾਸੇ ਜਿਹੜਾ ਲੈ ਕੇ ਜਾਈਏ। ਪ੍ਰਗਟ ਜੀ, ਤੁਸੀਂ ਪੋਜ਼ਿਟਿਵ ਪਾਸੇ ਦੀ ਗੱਲ ਕੀਤੀ ਹੈ, ਸਭ ਤੋਂ ਪਹਿਲਾਂ ਇੱਕ ਸ਼ੁਰੂਆਤੀ ਦੌਰ ਦੀ ਗੱਲ ਕਰੀਏ। ਜਦ ਮੈਚ ਸ਼ੁਰੂਆਤ ਹੋਈ, ਆਸਟ੍ਰੇਲੀਆ ਤੋਂ ਇੰਡੀਆ ਬੁਰੀ ਤਰ੍ਹਾਂ ਹਾਰਿਆ ਸੀ, ਕਾਫੀ ਇੱਕ ਸਪੋਰਟਸ ਪਲੇਅਰ ਦਾ ਮਨੋਬਲ ਜਿਹੜਾ ਹੈ ਉਹ ਡਿੱਗ ਜਾਂਦਾ ਕਿ ਕਿਵੇਂ ਰਿਵਾਈਵ ਕਰੀਏ, ਜਦਕਿ ਨੈਸ਼ਨਲ ਗੇਮ ਹੋਣ ਦੇ ਬਾਵਜੂਦ ਇੰਨਾ ਜਿਹੜਾ ਹੈ ਉਹ ਸਟਰਗਲ ਕਰਨਾ ਪੈਂਦਾ, ਉਸ ਤੋਂ ਬਾਅਦ ਇਸ ਤਰੀਕੇ ਨਾਲ ਜਿਹੜੀ ਹਾਰ ਹੋ ਜਾਂਦੀ ਹੈ, ਕਾਫੀ ਇੱਕ ਮੋਟੀਵੇਟ ਕਰਨ ਲਈ ਦੁਬਾਰਾ ਤੋਂ ਉੱਠਣਾ ਪੈਂਦਾ। ਕਿਵੇਂ ਰਿਵਾਈਵ ਕੀਤਾ, ਕਿਵੇਂ ਗੇਮ ਜਿੱਤੀਆਂ, ਉਸ ਤੋਂ ਬਾਅਦ ਦੁਬਾਰਾ ਬ੍ਰੋਂਜ਼ ਮੈਡਲ ਤੱਕ ਆਉਣਾ, ਉਹ ਵੀ ਇਤਿਹਾਸ ਰਚਣਾ? ਦੇਖੋ, ਡੈਫੀਨੇਟਲੀ ਜਿਹੜਾ ਰਿਦਮ ਸੀ ਉਹਦੇ, ਮੈਂ ਬਾਕੀ ਸਾਰੇ ਮੈਚ ਵੀ ਜਿਹੜੇ ਉਹ ਬੜੇ ਕਲੋਜ਼ਲੀ ਦੇਖੇ ਵੀ ਆ, ਫੋਲੋ ਵੀ ਕੀਤੇ, ਔਰ ਉਹਦੇ ਵਿੱਚ ਜਿਹੜਾ ਰਿਦਮ ਸੀ ਉਹ ਟੀਮ ਦਾ ਬਣਦਾ ਜਾ ਰਿਹਾ ਸੀ। ਕਿਉਂਕਿ ਮੈਂ ਸ਼ੁਰੂਆਤੀ ਮੈਚ ਦੇ ਵਿੱਚ ਜਿਹੜਾ ਪਹਿਲਾ ਮੈਚ ਸੀਗਾ ਉਹਦੇ ਵਿੱਚ ਬੇਸਿਕਲੀ ਫਾਰਵਰਡ ਲਾਈਨ ਬਹੁਤ ਜ਼ਿਆਦਾ ਕਲਿੱਕ ਨਹੀਂ ਸੀ ਕੀਤੀ, ਸੈਕਿੰਡ ਮੈਚ ਦੇ ਵਿੱਚ ਬਿਲਕੁਲ ਕਲਿੱਕ ਨਹੀਂ ਸੀ ਕੀਤੀ, ਜਿਹਦੇ ਵਿੱਚ ਅਸੀਂ 7-1 'ਤੇ ਆਸਟ੍ਰੇਲੀਆ ਤੋਂ ਹਾਰੇ ਸੀ। ਲੇਕਿਨ ਉਹਦੇ ਤੋਂ ਬਾਅਦ ਜਿਹੜਾ ਰਿਦਮ ਹੌਲੀ ਹੌਲੀ ਬਣਿਆ, ਜਿਹਦੇ ਨਾਲ ਫਾਰਵਰਡ ਲਾਈਨ ਵੀ ਕਲਿੱਕ ਕੀਤੀ, ਫਾਰਵਰਡ ਲਾਈਨ ਨੇ ਜੋ ਉਹਨਾਂ ਤੋਂ ਐਕਸਪੈਕਟਡ ਸੀਗਾ ਉਹਦੇ ਨਾਲੋਂ ਵੀ ਰਾਦਰ ਵੱਧ ਗਿਆ। ਮੈਚ ਵੀ ਇਸ ਵਿੱਚ ਵੀ ਦੇਖਿਆ ਗਿਆ ਕਿ ਪਹਿਲੇ ਕੁਆਟਰ 'ਚ ਜਿਹੜਾ ਹੈ ਫਾਰਵਰਡ ਲਾਈਨ ਇੰਨਾ ਕਮਾਲ ਨਹੀਂ ਕਰ ਪਾਈ, ਬਾਅਦ 'ਚ ਜ਼ਰੂਰ ਖਿੱਚਿਆ ਇੰਡੀਆ ਨੇ, ਪਰ ਪਹਿਲੇ ਦੌਰ 'ਚ ਥੋੜ੍ਹੇ ਮੁਸ਼ਕਿਲ ਆ ਰਹੀ ਸੀ। ਨਹੀਂ, ਦੇਖੋ ਜਦੋਂ ਸੈਮੀਫਾਈਨਲ 'ਚ ਪਹੁੰਚ ਜਾਂਦੇ ਆ ਉਹ ਬੜੇ ਕਲੋਜ਼, ਕਿਉਂਕਿ ਟੂਰਨਾਮੈਂਟ ਬਹੁਤ ਕਲੋਜ਼ ਹੋ ਜਾਂਦਾ, ਉਹਦੇ ਵਿੱਚ ਬਹੁਤ ਫਾਈਨਰ ਚੀਜ਼ਾਂ ਵੀ ਜਿਹੜੀਆਂ ਉਹ ਮੈਟਰ ਕਰਦੀਆਂ ਹੁੰਦੀਆਂ, ਔਰ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਬੱਚਿਆਂ ਨੇ ਸਾਈਕੋਲੋਜੀਕਲ ਪ੍ਰੈਸ਼ਰ ਕਿਤੇ ਨਹੀਂ ਲਿਆ, ਕਿਉਂਕਿ ਉਹ ਰਿਦਮ ਦੇ ਵਿੱਚ ਖੇਡੇ, ਕਿਉਂਕਿ ਇਹ ਸਪੀਡ ਵਾਲੀ ਗੇਮ ਹੈ, ਇਹਦੇ ਵਿੱਚ ਹਮੇਸ਼ਾ ਕਿਤੇ ਨਾ ਕਿਤੇ 2-4-5-7 ਮਿੰਟ ਦਾ ਕਿਤੇ ਨਾ ਕਿਤੇ ਲੋਅ ਵੀ ਆਉਂਦਾ ਆ, ਅੱਪ ਵੀ ਆਉਂਦਾ ਆ ਬਾਲ ਪੋਜੈਸ਼ਨ, ਲੇਕਿਨ ਓਵਰਆਲ ਜਿਹੜਾ ਆ, ਕਿਉਂਕਿ ਸਾਡਾ ਗੋਲਕੀਪਿੰਗ, ਸਾਡੀ ਪੈਨਲਟੀ ਕੋਰਨਰ ਔਰ ਸਾਡੇ ਜਿਹੜੇ ਫਾਰਵਰਡ ਦੀ ਪੈਨੀਟ੍ਰੇਸ਼ਨ ਹੈ, ਇਹ ਤਿੰਨ ਚੀਜ਼ਾਂ ਨੇ ਕਾਫੀ ਕੰਬੀਨੇਸ਼ਨ, ਕਿਉਂਕਿ ਅਲਟੀਮੇਟਲੀ ਵਿੱਚ ਸਟਰਗਲ ਤਾਂ ਬਹੁਤ ਹੁੰਦੀ ਮਿਡਫੀਲਡ ਦੀ, ਲੇਕਿਨ ਇਹ ਸਾਰੀਆਂ ਜਿਹੜੇ ਹਰ ਡਿਪਾਰਟਮੈਂਟ ਆ ਉਹਨੇ ਆਪਣਾ ਆਪਣਾ ਰੋਲ ਪਲੇ ਕੀਤਾ, ਜਿਹਦੇ ਕਰਕੇ ਅਸੀਂ ਅੱਜ ਜਿਹੜਾ ਪੋਡੀਅਮ ਫਿਨਿਸ਼ ਕੀਤਾ। ਬਿਲਕੁਲ, ਇੰਡੀਅਨ ਟੀਮ ਦੀ ਗੱਲ ਕਰੀਏ ਤਾਂ ਸਿਮਰਨਜੀਤ ਸਿੰਘ 2 ਗੋਲ, ਹਰਮਨਪ੍ਰੀਤ ਸਿੰਘ 1 ਗੋਲ ਅੰਮ੍ਰਿਤਸਰ ਤੋਂ, ਰੁਪਿੰਦਰਪਾਲ ਸਿੰਘ 1 ਗੋਲ, ਹਾਰਦਿਕ ਸਿੰਘ 1 ਗੋਲ, ਕਿਸ ਤਰੀਕੇ ਨਾਲ ਦੇਖਦੇ ਹੋ ਇਹ ਰਿਦਮ ਅੱਗੇ ਵੀ ਇਸ ਤਰੀਕੇ ਨਾਲ ਚੱਲਦੀ ਰਹੇਗੀ? ਨਹੀਂ, ਦੇਖੋ ਇਹ ਔਨਗੋਇੰਗ ਪ੍ਰੋਸੈਸ ਹੁੰਦਾ, ਆਪਾਂ ਕਹੀਏ ਕਿ ਇਹ ਓਵਰਨਾਈਟ ਦੇ ਵਿੱਚ ਕੁਛ ਹੁੰਦਾ, ਕਿਉਂਕਿ ਜਿਹੜਾ ਪਰਫੋਰਮਰ ਹੁੰਦਾ, ਕਿਸੇ ਵੀ ਫੀਲਡ ਦਾ ਪਰਫੋਰਮਰ ਹੋਵੇ, ਉਹਦੇ ਲਈ ਰੋਜ਼ ਨਵਾਂ ਜਿਹੜਾ ਆ ਇੱਕ ਮੁਕਾਮ ਹੁੰਦਾ, ਨਵੀਂ ਉਹਦੀ ਪਰਫੋਰਮੈਂਸ ਹੁੰਦੀ ਆ। ਸੋ ਇਸ ਕਰਕੇ ਜਿੰਨੀ ਅਸੀਂ ਹਾਈ ਲੈਵਲ ਨੂੰ ਅਚੀਵ ਕਰਦੇ ਹਾਂ ਉਨੀ ਐਕਸਪੈਕਟੇਸ਼ਨ ਵੀ ਜ਼ਰੂਰ ਡੈਫੀਨੇਟਲੀ ਵੱਧਦੀ ਆ, ਬਟ ਸਾਡੇ ਸਿਸਟਮ ਨੂੰ ਵੀ ਸਾਨੂੰ ਸਪੋਰਟ ਕਰਨ ਦੀ ਜ਼ਰੂਰਤ ਹੈ, ਤਾਂ ਕਿ ਜਿਹੜੇ ਹੋਰ ਵੀ ਬੱਚੇ ਉੱਠਣ, ਜਿਹੜੀ ਹੋਰ ਵੀ ਐਨਰਜੀ, ਕਿਉਂਕਿ ਨੋਟ ਓਨਲੀ ਹਾਕੀ, ਮੈਂ ਤਾਂ ਸਾਰੀ ਸਪੋਰਟਸ ਦੀ ਵੀ ਗੱਲ ਕਰਦਾ ਕਿ ਜਦੋਂ ਸਾਰੀ ਸਪੋਰਟਸ ਜਿਹੜੀ ਆ ਉਹ ਅੱਗੇ ਨੂੰ ਵਧੂਗੀ ਤਾਂ ਉਹ ਸਾਡੀ ਜਿਹੜੀ ਐਨਰਜੀ ਆ ਉਹ ਪੋਜ਼ਿਟਿਵ ਪਾਸੇ ਨੂੰ ਜਿਹੜੀ ਕਨਵਰਟ ਹੋਊ। ਜੇ ਗੱਲ ਕਰੀਏ ਵਰਲਡ ਨੰਬਰ 1 ਵੀ ਕੁਝ ਗੇਮਸ ਹਾਰ ਗਏ, ਓਲੰਪਿਕਸ ਇਹੋ ਜਿਹਾ ਪ੍ਰੈਸ਼ਰ ਪੈ ਜਾਂਦਾ, ਇਹੋ ਜਿਹਾ ਪ੍ਰੈਸ਼ਰ ਕ੍ਰੀਏਟ ਹੁੰਦਾ, ਤੁਸੀਂ ਆਪ 2 ਵਾਰ ਜਿਹੜਾ ਹੈ ਲੀਡ ਕੀਤਾ ਓਲੰਪਿਕਸ ਜਾ ਕੇ, ਇੱਕ ਵੱਖਰਾ ਪ੍ਰੈਸ਼ਰ ਹੁੰਦਾ ਉੱਥੇ, ਇੱਕ ਵੱਖਰੀ ਰਣਨੀਤੀ ਤਿਆਰ ਕਰਨੀ ਹੁੰਦੀ ਹੈ, ਕਿਉਂਕਿ ਅਸੀਂ ਦੇਖ ਰਹੇ ਹਾਂ ਟੈਗਲਾਈਨ ਇੰਡੀਆ ਵਰਸਿਸ ਦੁਨੀਆ, ਇੰਡੀਆ ਵਰਸਿਸ ਦੁਨੀਆ ਚੱਲਦਾ। ਨਹੀਂ, ਉਹ ਡੈਫੀਨੇਟਲੀ ਚੱਲਦਾ ਹੈਗਾ, ਕਿਉਂਕਿ ਉਹਦੇ ਵਿੱਚ, ਕਿਉਂਕਿ ਓਲੰਪਿਕ ਸਭ ਤੋਂ ਵੱਡਾ ਈਵੈਂਟ ਹੈਗਾ ਦੁਨੀਆ ਦਾ, ਉੱਤੇ ਇਦੋਂ ਵੱਡਾ ਈਵੈਂਟ ਨਹੀਂ ਹੈਗਾ, ਔਰ ਉਹਦੇ ਉੱਤੇ ਇਹਨਾਂ ਚੀਜ਼ਾਂ ਦਾ ਪ੍ਰੈਸ਼ਰ ਵੀ ਡੈਫੀਨੇਟਲੀ ਹੁੰਦਾ ਹੈਗਾ, ਕਿਉਂਕਿ ਜਦੋਂ ਕੰਟਰੀ
ਸਡਨਲੀ ਹੁੰਦਾ ਕੀ ਆ ਜਦੋਂ ਓਲੰਪਿਕ ਆਉਂਦੀ ਆ ਅਤੇ ਸਡਨਲੀ ਮੀਡੀਆ ਸਡਨਲੀ ਲੋਕ ਹਾਂ ਵੀ ਅਸੀਂ ਓਲੰਪਿਕ ਜਾ ਰਹੇ ਹਾਂ ਓਲੰਪਿਕ ਜਾ ਰਹੇ ਹਾਂ, ਇੱਕ ਮੂਵਮੈਂਟ ਹੁੰਦੀ ਆ, ਬਟ ਉਹਦੇ ਵਿੱਚ ਯੈਸ ਡੈਫੀਨੇਟਲੀ ਪ੍ਰੈਸ਼ਰ ਵੀ ਬਿਲਡ ਅਪ ਹੁੰਦਾ ਹੈਗਾ ਔਰ ਉਸ ਪ੍ਰੈਸ਼ਰ ਨੂੰ ਇਹਨਾਂ ਬੱਚਿਆਂ ਨੇ ਬੜੇ ਆਰਾਮ ਨਾਲ ਝੱਲਿਆ, ਪਰ ਇੱਦਾਂ ਹੀ ਨਹੀਂ ਝੱਲਿਆ ਹੈਗਾ ਕਿ ਇਹਨਾਂ ਦੀ ਕੰਟੀਨਿਊ ਜਿਹੜੀ ਟ੍ਰੇਨਿੰਗ ਹੈਗੀ ਆ ਉਹਦੇ ਵਿੱਚ ਪ੍ਰੋਸੈਸ ਦੇ ਵਿੱਚੋਂ ਹੀ ਲੰਘੇ। ਇੱਕ ਕਿਹਾ ਜਾਂਦਾ ਸੀ ਕਿ ਇੱਕ ਇੱਜ਼ਤ ਹੁੰਦੀ ਸੀ ਹਾਕੀ ਦੀ, ਹੋ ਗਏ ਖਿਡਾਰੀ ਨੂੰ ਬਹੁਤ ਇੱਜ਼ਤਾਂ ਦੇਖੇ ਜਾਂਦੇ, ਇਹ ਹੀ ਨਹੀਂ ਕਹਾਂਗੇ ਨਹੀਂ ਦੇਖਿਆ ਜਾਂਦਾ, ਹੁਣੇ ਵੀ ਦੇਖਿਆ ਜਾਂਦਾ, ਪਰ ਕ੍ਰਿਕਟ ਨੂੰ ਇੱਕ ਤੇਰੇ ਟਾਈਮ ਆਇਆ ਕਿ ਕ੍ਰਿਕਟ ਨੇ ਓਵਰਟੇਕ ਕਰ ਲਿਆ ਬਹੁਤ ਜ਼ਿਆਦਾ। ਹੁਣ ਤੁਹਾਨੂੰ ਲੱਗਦਾ ਹੈ ਹੁਣ ਜਿਹਦਾ ਜਿਸ ਤਰੀਕੇ ਦਾ ਮੈਡਲ ਆਇਆ, ਕੱਲ੍ਹ ਵੀ ਇੱਕ ਮੈਚ ਹੈ ਜਿਹੜੇ ਵਿਮੈਨ ਹਾਕੀ ਟੀਮ ਦਾ ਮੈਚ ਹੈ, ਦੁਬਾਰਾ ਤੋਂ ਹਾਕੀ ਰਿਵਾਈਵ ਹੋਏਗੀ, ਦੁਬਾਰਾ ਤੋਂ ਬੱਚਾ ਜਦ ਖੜਾ ਹੋਏਗਾ ਉਹ ਕਹੇਗਾ ਬੈਟ ਨਹੀਂ ਲੈਣਾ ਮੈਂ ਹਾਕੀ ਸਟਿਕ ਲੈਣੀ ਹੈ, ਮੈਂ ਹਾਕੀ ਖੇਡਣੀ ਹੈ। ਦੇਖੋ ਮੈਂ ਤਾਂ ਕਹਿੰਦਾ ਕਿ ਸਾਡੇ ਕੰਟਰੀ ਦੇ ਵਿੱਚ ਹੀ ਦੇਖੋ ਇਹੋ ਜਿਹਾ ਇਨਵਾਇਰਮੈਂਟ ਬਣਨਾ ਚਾਹੀਦਾ। ਅਸੀਂ ਕਈ ਵਾਰੀ ਕੀ ਹੁੰਦਾ ਕਿ ਜਲਦੀ ਭੁੱਲ ਜਾਂਦੇ ਹਾਂ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਜਿਹੜੀ ਕ੍ਰਿਕਟ ਦੀ ਮਾਰਕੀਟਿੰਗ ਐਂਗਲ ਆ ਉਹ ਬੈਟਰ ਮਾਰਕੀਟਿੰਗ ਐਂਗਲ ਆ ਦੈਨ ਹਾਕੀ। ਬਟ ਜੇ ਅੱਜ ਦੀ ਹਾਕੀ ਨੂੰ ਵੀ ਦੇਖਿਆ ਜਾਵੇ, ਠੀਕ ਹੈ ਸਾਡਾ ਵਿੱਚ ਜੇ ਡਾਊਨਫਾਲ ਵੀ ਆਇਆ ਹੈਗਾ, ਉਹਦੇ ਵੀ ਕਈ ਰੀਜ਼ਨ ਹੈਗੇ ਕਿਉਂਕਿ ਹਾਕੀ ਗਰਾਸ ਤੋਂ ਨੈਚੁਰਲ ਗਰਾਸ ਤੋਂ ਐਸਟ੍ਰੋਟਰਫ 'ਤੇ ਸ਼ਿਫਟ ਹੋਈ ਆ, ਸਾਡੇ ਕੋਲ ਉਨਾ ਇਨਫਰਾਸਟ੍ਰਕਚਰ ਨਹੀਂ ਹੈਗਾ, ਸਾਡੇ ਕੋਲ ਉਨੀਆਂ ਗਰਾਊਂਡਸ ਨਹੀਂ ਹੈਗੀਆਂ, ਸਾਡੀਆਂ ਕੋਲ ਉਨੀਆਂ ਸਿਕਸੇ ਸਾਈਡ ਗਰਾਊਂਡਸ ਨਹੀਂ ਹੈਗੀਆਂ। ਬਸ ਮੈਂ ਕਿਤੇ ਸਵਾਲ ਇਹ ਵੀ ਲੈਣਾ ਚਾਹੂੰਗੀ ਮੈਂ, ਕਿਉਂਕਿ ਖੁਦ ਕੈਪਟਨ ਰਹਿ ਚੁੱਕੇ ਨੇ, ਖੁਦ ਲੀਡ ਕਰ ਚੁੱਕੇ ਨੇ, ਉਸ ਹਾਕੀ ਸਟਿਕ ਨੂੰ ਇਹਨਾਂ ਨੇ ਵੀ ਹੱਥਾਂ ਦੇ ਵਿੱਚ ਫੜਿਆ, ਗੋਲ ਵੀ ਕੀਤੇ, ਟੀਮ ਦੇ ਨਾਲ ਵੀ ਖੇਡਿਆ, ਪਰ ਅੱਜ ਦੀ 41 ਸਾਲਾਂ ਬਾਅਦ ਹੋਈ ਇਸ ਜਿੱਤ ਤੇ ਪ੍ਰਗਟ ਸਿੰਘ ਬਤੌਰ ਖਿਡਾਰੀ ਲਈ ਇੱਕ ਕੀ ਅਹਿਮੀਅਤ ਰਹਿ ਜਾਂਦੀ ਹੈ, ਕਿਸ ਤਰ੍ਹਾਂ ਦੇ ਮਾਇਨੇ ਇਸ ਖੇਡ ਦੇ ਪ੍ਰਗਟ ਸਿੰਘ ਦੇ ਲਈ, ਅੱਜ ਇੱਕ ਬਤੌਰ ਖਿਡਾਰੀ ਸਭ ਕੁਝ ਭੁੱਲ ਜਾਈਏ, ਬਤੌਰ ਖਿਡਾਰੀ ਬਤੌਰ ਕੈਪਟਨ ਉਸ ਸਮੇਂ ਨੂੰ ਯਾਦ ਕਰੀਏ ਤੇ ਅੱਜ 41 ਸਾਲਾਂ ਬਾਅਦ ਦਰਜ ਕੀਤੀ ਇਸ ਜਿੱਤ ਦੀ। ਭੁੱਲ ਜਾਂਦੇ ਆ ਕਿ ਤੁਸੀਂ ਪੋਲੀਟੀਸ਼ੀਅਨ ਰਹੇ, ਤੁਸੀਂ ਕੈਪਟਨ ਰਹੇ ਹੋ, ਜੇ ਪਲੇਅਰ ਦੇ ਤੌਰ ਤੇ ਗੱਲ ਕਰੀਏ, ਜੇ ਸਿਰਫ ਪਲੇਅਰ ਦੇ ਤੌਰ ਤੇ ਗੱਲ ਕਰੀਏ, ਉਹੀ ਹਾਕੀ ਸਟਿਕ ਤੁਸੀਂ ਵੀ ਫੜੀ ਹੈ, ਤੁਸੀਂ ਵੀ ਗੋਲ ਕੀਤੇ ਨੇ, ਤੁਸੀਂ ਵੀ ਜਿਹੜਾ ਹੈ ਅੱਗੇ ਫੋਰਵਰਡ ਖੇਲੇ ਹੋ, ਹਰ ਚੀਜ਼ ਕੀਤੀ ਹੈ, ਐਜ਼ ਆ ਪਲੇਅਰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ, ਕਿਉਂਕਿ ਐਡਾ ਵੱਡਾ ਇਤਿਹਾਸ ਰਚਿਆ? ਦੇਖੋ ਇਦੋਂ ਦੇਖੋ ਮੇਰਾ ਤਾਂ ਬੇਸਿਕਲੀ ਮੇਰੇ ਲਈ ਤਾਂ ਸਭ ਕੁਛ ਹੀ ਹਾਕੀ ਨੇ ਹੀ ਦਿੱਤਾ ਹੈਗਾ, ਇਸ ਬਾਕੀ ਸਾਰੀਆਂ ਚੀਜ਼ਾਂ ਸੈਕੰਡਰੀ ਹੈਗੀਆਂ, ਲੇਕਿਨ ਜਿਸ ਪੈਸ਼ਨ ਨੇ ਜਾਂ ਜਿਸ ਪ੍ਰੋਫੈਸ਼ਨ ਨੇ ਮੈਨੂੰ ਇਸ ਲੈਵਲ ਤੱਕ ਲਿਆ ਕੇ ਦਿੱਤਾ, ਅਤੇ ਅੱਜ ਜਿਹੜੇ ਸਾਡੇ ਬੱਚੇ ਜਦੋਂ ਉਹ ਇਸ ਲੈਵਲ ਦੀ ਪਰਫੋਰਮੈਂਸ ਦੇ ਰਹੇ ਆ, ਤਾਂ ਮੇਰਾ ਖਿਆਲ ਇਸ ਤੋਂ ਵੱਧ ਹੋਰ ਖੁਸ਼ੀ ਦੀ, ਔਰ ਉਹ ਹਿੰਦੁਸਤਾਨ ਲਈ ਉਹ ਰਿਵਾਈਵਲ ਅਤੇ ਸਰਵਾਈਵਲ ਸ਼ੋਅ ਕੀਤਾ ਉਹਨਾਂ ਨੇ, ਜਿਹੜਾ ਕਿ ਸਾਨੂੰ ਬਹੁਤ ਲੰਬਾ ਸਮਾਂ ਇੰਤਜ਼ਾਰ ਸੀ, ਕਿਉਂਕਿ ਹਾਕੀ ਜਿਹੜੀ ਹਿੰਦੁਸਤਾਨੀਆਂ ਦੇ ਬਲੱਡ ਦੇ ਵਿੱਚ ਹੈਗੀ ਆ। ਲੇਕਿਨ ਪਿਛਲੇ ਕਾਫੀ ਸਮੇਂ ਤੋਂ, ਕਿਉਂਕਿ ਮਾਰਕੀਟਿੰਗ ਦੂਜਾ ਤੀਜਾ, ਮੈਂ ਸਮਝਦਾ ਇਹ ਸਾਰੀਆਂ ਚੀਜ਼ਾਂ ਨੂੰ, ਬਟ ਉਹ ਜਿਹੜਾ ਉਹ ਲੈਵਲ ਨੂੰ ਅਚੀਵ ਕਰਨ ਲਈ ਇਹ ਸਟਰਗਲ ਵੀ ਕਰਨੀ ਪਈ ਆ, ਉਹ ਜਦੋਂ ਇਹ ਲੈਵਲ ਆ ਗਿਆ ਹੈਗਾ ਤੇ ਅਸ ਹੋਪ ਕਰਦੇ ਆ, ਇਹ ਕਹਿ ਸਕਦੇ ਆ ਕਈ ਸਾਲਾਂ ਤੋਂ ਸਰਵਾਈਵਲ ਕਰ ਰਹੀ ਸੀ, ਪਰ ਹੁਣ ਜਦ ਬ੍ਰੋਂਜ਼ ਮੈਡਲ ਆਇਆ ਤੇ ਹੁਣ ਰਿਵਾਈਵਲ ਕਰੇਗੀ, ਦੁਬਾਰਾ ਡੈਫੀਨੇਟਲੀ ਰਿਵਾਈਵਲ ਕਰੇਗੀ।